ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬਾਬੇ ਦੀ ਘਟਨਾ ਸਾਹਮਣੇ ਆਈ ਹੈ। ਗੁਰਦੁਆਰਾ ਚਰਨ ਘਾਟ ਠਾਠ ਜਿਹੜੇ ਇਹ ਨਾਨਕ ਸਰੀਏ ਬਣਾਉਂਦੇ ਨੇ, ਚਿੱਟੀ ਸਿਉਂਖ ਗਿੱਟਾਂ ਤੱਕ ਚੋਲੇ ਹੁੰਦੇ ਨੇ, ਗੋਲ ਦਸਤਾਰਾਂ ਗਲ ਦੇ ਵਿੱਚ ਮਾਲਾ ਪਾਈ ਹੁੰਦੀ ਹੈ, ਭੋਰੇ ਪੱਟੇ ਹੋਏ ਨੇ ਇਹਨਾਂ ਦੇ, ਬਾਬੇ ਨਾਨਕ ਦੇ ਸਨਾਨ ਤੋਂ ਕੋਹਾਂ ਦੂਰ ਨੇ। ਇਹ ਜਿਹੜਾ ਘਟਨਾਕ੍ਰਮ ਹੋਇਆ, ਅੰਮ੍ਰਿਤਪਾਲ ਮਹਿਰੋ ਨੇ ਇਹ ਉਸ ਬਾਬੇ ਨੂੰ ਸਾਹਮਣੇ ਲੈ ਕੇ ਆਉਂਦਾ ਦੁਨੀਆਂ ਦੇ। ਮੈਂ ਜਿਹੜੀ ਗੱਲਬਾਤ ਕਰਨੀ ਹੈ, ਢੱਠੇ ਖੂਹ ਜਾਵੇ ਬਾਬਾ, ਢੱਠੇ ਖੂਹ ਜਾਵੇ ਅੰਮ੍ਰਿਤਪਾਲ ਮਹਿਰੋ। ਜਿਹੜਾ ਇਹ ਲੋਕ ਸੋਸ਼ਲ ਮੀਡੀਆ 'ਤੇ ਆਮ ਪਬਲਿਕ ਨੂੰ ਸ਼ਰਮਸ਼ਾਰ ਕਰਦੇ ਨੇ, ਮੈਂ ਉਹ ਗੱਲਬਾਤ ਕਰਨੀ ਹੈ। ਜਿਹੜੀ ਕੁੜੀ ਦੀ ਉਹ ਬਾਬੇ ਦੇ ਨਾਲ ਇੱਕ ਕਰਤੂਤ ਸਾਹਮਣੇ ਆਈ ਹੈ, ਉਹ ਕੁੜੀ ਸ਼ਰੇਆਮ ਕਹਿੰਦੀ ਹੈ, ਅਸੀਂ ਭੋਰੇ ਦੇ ਵਿੱਚ ਮਿਲਦੇ ਰਹੇ ਹਾਂ, ਅਸੀਂ ਹੋਟਲ ਦੇ ਵਿੱਚ ਜਾਂਦੇ ਰਹੇ ਹਾਂ। ਮੈਂ ਇੱਕ ਜਿਹੜੇ ਸਾਡੇ ਪੰਜਾਬ ਦੇ ਸੂਝਵਾਨ ਸੱਜਣ ਨੇ ਸਰੋਤੇ ਨੇ, ਉਹਨੂੰ ਬੇਨਤੀ ਕਰਨੀ ਵੀ ਬਲਾਤਕਾਰ ਇੱਕ ਵਾਰੀ ਹੁੰਦਾ, 30-40 ਵਾਰੀ 50 ਵਾਰੀ ਬਲਾਤਕਾਰ ਨਹੀਂ ਹੁੰਦਾ, ਅਸੀਂ ਇਹਨਾਂ ਚੀਜ਼ਾਂ 'ਤੇ ਗੌਰ ਕਰਿਆ ਕਰੀਏ। ਅੰਮ੍ਰਿਤਪਾਲ ਮਹਿਰੋ ਬਿਲਕੁਲ ਸ਼ਰਮ ਨਹੀਂ ਕਰ ਰਿਹਾ, ਕੁੜੀ ਤੋਂ ਸ਼ਰੇਆਮ ਪੁੱਛ ਰਿਹਾ, ਵੀਡੀਓ ਵਾਇਰਲ ਕਰਤੀ, ਤੁਸੀਂ ਕਿੰਨੇ ਵਾਰੀ ਭੋਰੇ ਵਿੱਚ ਗਏ, ਕਿੰਨੇ ਵਾਰੀ ਹੋਟਲ ਵਿੱਚ ਗਏ, ਸ਼ਰੇਆਮ ਉਹ ਗੱਲਾਂ ਕਰ ਰਿਹਾ। ਇੱਥੇ ਮੈਂ ਇਹ ਨਹੀਂ ਕਹਿੰਦਾ ਕਿ ਬਾਬਾ ਸਹੀ ਹੈ, ਬਾਬਾ ਤਾਂ ਕੰਜਰ ਹੈਗੀ ਹੈਗਾ, ਕੋਈ ਸ਼ੱਕ ਨਹੀਂ, ਪਰ ਕੀ ਜਿਹੜੀ ਉਹ ਕੁੜੀ ਸ਼ਰੇਆਮ ਇਹੋ ਜਿਹੀਆਂ ਗੱਲਾਂ ਕਰਦੀ ਹੈ, ਉਹ ਕੁੜੀ ਦਾ ਕਸੂਰ ਨਹੀਂ ਹੈਗਾ? ਹੁਣ ਇਹ ਸਭ ਕੁਝ ਸਾਹਮਣੇ ਕਿਉਂ ਆਇਆ? ਅਸਲ ਵਿੱਚ ਅੰਮ੍ਰਿਤਪਾਲ ਮਹਿਰੋ ਜਿਹੜਾ ਉਹ ਬਲੈਕਮੇਲਰ ਹੈ, ਇਹੋ ਜਿਹੇ ਕੇਸੇ ਲੱਭਦੇ ਹੁੰਦੇ ਨੇ ਜਿੱਥੋਂ 5-7 ਲੱਖ ਰੁਪਇਆ ਮਿਲੇ। ਹੁਣ ਆਪ ਹੀ ਅੰਮ੍ਰਿਤਪਾਲ ਮਹਿਰੋ ਕਹੀ ਜਾਂਦਾ, ਕਹਿੰਦਾ ਬਾਬਾ 10 ਲੱਖ ਰੁਪਇਆ ਸਾਨੂੰ ਦਿੰਦਾ ਸੀ, ਅਤੇ ਹੁਣ ਬਾਬਾ ਪੁਲਿਸ ਨੇ ਫੜ ਵੀ ਲਿਆ, ਉਹਦੀ ਕੁੱਟਮਾਰ ਵੀ ਕਹਿੰਦੇ ਕੀਤੀ ਹੈ। ਜਾਣੀ ਕਿ ਇਹ ਜਿਹੜੇ ਲੋਕ ਨੇ ਇਹ ਸਾਬਤ ਕੀ ਕਰਨਾ ਚਾਹੁੰਦੇ ਆ? ਹੁਣ ਮੈਂ ਜਿਹੜੀ ਗੱਲ ਇਹਨਾਂ ਦੇ ਗੁਰਦੁਆਰਿਆਂ ਦੀ ਕਰਨੀ ਹੈ, ਚਰਨਘਾਟ ਗੁਰਦੁਆਰਾ ਜੀ, ਚਰਨਘਾਟ ਗੁਰਦੁਆਰੇ ਦਾ ਇਤਿਹਾਸ ਕੀ ਹੈ, ਅਤੇ ਨਾਲ ਠਾਠ ਵੱਜਦੀ ਹੈ, ਜਿੰਨੇ ਵੀ ਨਾਨਕ ਸਰੀਏ ਦੇ ਗੁਰਦੁਆਰੇ, ਕਿਤੇ ਇਨਸਾਨ ਸਾਹਿਬ ਨਹੀਂ ਲੱਗਿਆ ਹੋਇਆ, ਇਹਨਾਂ ਦੀਆਂ ਠਾਠਾਂ ਨੇ, ਅਤੇ ਠਾਠਵਾੜ ਦੇ ਨਾਲ ਰਹਿੰਦੇ ਆ, ਉੱਥੇ ਲੋਕਾਂ ਦੇ ਚੜਾਵੇ ਚੜ੍ਹਦੇ ਆ, ਲੰਗਰ ਇਹਨਾਂ ਦੇ ਗੁਰਦੁਆਰੇ ਵਿੱਚ ਪੱਕਦਾ ਨਹੀਂ, ਪੱਕਿਆ ਪਕਾਇਆ ਆਉਂਦਾ। ਜਿਹੜੀਆਂ ਸਾਡੀਆਂ ਸਿੱਖਾਂ ਦੇ ਵਿੱਚ ਜਾਂ ਸਿੱਖੀ ਦੇ ਵਿੱਚ ਭੇਡਾਂ ਨੇ, ਉਹ ਘਰਾਂ ਦੇ ਵਿੱਚੋਂ ਲੰਗਰ ਬਣਾ ਕੇ ਲੈ ਜਾਂਦੀਆਂ ਨੇ, ਦੁੱਧ ਤੋਂ ਚੋ ਕੇ ਲੈ ਜਾਣਗੀਆਂ। ਘਰ ਦੇ ਵਿੱਚ ਜੇ ਕੋਈ ਨੌਕਰ ਜਾਂ ਸੀਰੀ ਰੱਖਿਆ ਹੋਵੇ, ਉਹਨੂੰ ਇਹ ਦੁੱਧ ਦੀ ਗੜਬੀ ਨਹੀਂ ਦੇ ਸਕਦੇ, ਘਰੇ ਲਿਜਾਣ ਵਾਸਤੇ ਚਮਚਾ ਘਿਓ ਦਾ ਨਹੀਂ ਪਾ ਸਕਦੇ। ਅਤੇ ਬਾਬਿਆਂ ਦੇ ਕੋਲ ਕੁਇੰਟਲਾਂ ਦੇ ਕੁਇੰਟਲ ਦੁੱਧ ਜਾਂਦੇ ਨੇ, ਘਰੋਂ ਪ੍ਰਸ਼ਾਦੇ ਬਣਾ ਕੇ ਜਾਂਦੇ ਨੇ, ਅਤੇ ਬਾਬੇ ਵਿਹਲੇ ਨੇ ਗਾਹਾਂ ਭੋਰਿਆਂ ਵਿੱਚ ਬੈਠੇ। ਪਹਿਲੀ ਗੱਲ ਤਾਂ ਨਾ, ਇਹ ਜਿਹੜਾ ਕੰਸੈਪਟ ਹੈਗਾ ਭੋਰਿਆਂ ਵਾਲਾ, ਇਹਨੂੰ ਗੁਰੂ ਸਾਹਿਬ ਦੇ ਨਾਲ ਜੋੜਤਾ, ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਵੀ ਇਹਨਾਂ ਨੇ ਭੋਰੇ ਦੇ ਵਿੱਚ ਬਹਾਇਆ ਅਤੇ ਉੱਥੇ ਭਗਤੀ ਕਰਵਾਈ, ਅਤੇ ਉਹੀ ਲੱਛਣ ਹੁਣ ਜਿਹੜੇ ਸਾਡੇ ਬਾਬੇ ਨੇ ਪਖੰਡੀ, ਉਹਨਾਂ ਨੇ ਭੋਰੇ ਪੱਟੇ ਹੋਏ ਆ। ਬਹੁਤੇ ਇਹੋ ਜਿਹੇ ਮਲੰਗ ਨੇ ਜਿਹੜੇ ਕਹਿਣਗੇ ਅਸੀਂ ਭੋਰਿਆਂ ਵਿੱਚ ਭਗਤੀ ਕਰਦੇ ਹਾਂ, ਉੱਥੇ ਆ ਕਰਤੂਤਾਂ ਹੁਣ ਭਗਤੀ ਕਰਨੇ ਸਾਹਮਣੇ ਆਏ ਗਈਆਂ, ਉਹ ਕੁੜੀ ਕਹਿੰਦੀ ਸੀ ਭੋਰੇ ਵੀ ਜਾਂਦੇ ਹੁੰਦੇ ਸੀ। ਇਹ ਗੱਲਾਂ ਨਾ ਜਦੋਂ ਆਪਾਂ ਕਰ ਰਹੇ ਹਾਂ ਉਦੋਂ ਵੀ ਸ਼ਰਮ ਆਉਂਦੀ ਆ, ਵੀ ਇਹ ਬੰਦੇ
ਗੁਰੂ ਸਾਹਿਬ ਦਾ ਸਰੂਪ ਪ੍ਰਕਾਸ਼ ਕਰੀ ਬੈਠੇ ਨੇ, ਹਾਲਾਂਕਿ ਉੱਥੋਂ ਗੁਰੂ ਸਾਹਿਬ ਦੇ ਸਰੂਪ ਹੁਣ ਚੱਕ ਲਏ, ਉਹ ਡੇਰਾ ਖਾਲੀ ਕਰਾ ਲਿਆ ਜਿਹੜਾ ਇਹਨਾਂ ਦਾ ਬਣਿਆ ਹੋਇਆ ਸੀ। ਪਰ ਗੱਲ ਇਹ ਹੈਗੀ ਆ ਵੀ ਸਾਡੇ ਪੰਜਾਬ ਦੇ ਲੋਕਾਂ ਨੂੰ ਸਮਝ ਕਦੋਂ ਆਉਣੀ ਹੈ, ਅਕਲ ਕਦੋਂ ਆਉਣੀ ਹੈ। ਮੈਂ ਇੱਕ ਇੱਥੇ ਗੱਲ ਅੱਜ ਬਹੁਤ ਵੱਡੀ ਕਰਨੀ ਹੈ, ਥੋੜ੍ਹਾ ਜਿਹਾ ਧਿਆਨ ਦੇ ਨਾਲ ਸੁਣਿਓ। ਗੁਰੂ ਸਾਹਿਬ ਦਾ ਪ੍ਰਕਾਸ਼ ਕੇਵਲ ਪ੍ਰੋਗਰਾਮ ਵਾਸਤੇ ਹੁੰਦਾ, ਹਰ ਵਕਤ ਗੁਰੂ ਸਾਹਿਬ ਦਾ ਪ੍ਰਕਾਸ਼ ਨਾ ਕਰਿਆ ਕਰੋ। ਗੁਰੂ ਸਾਹਿਬ ਦਾ ਪ੍ਰਕਾਸ਼ ਰਹਿਤ ਮਰਿਆਦਾ ਦੇ ਮੁਤਾਬਕ ਜਿੰਨਾ ਚਿਰ ਸੰਗਤ ਦੀ ਆਵਾਜਾਵੀ ਹੁੰਦੀ ਹੈ ਉਨਾ ਚਿਰ ਹੁੰਦਾ। ਅਤੇ ਇਹਨਾਂ ਲੋਕਾਂ ਨੇ ਗੁਰੂ ਸਾਹਿਬ ਨੂੰ ਬਿਜ਼ਨਸ ਬਣਾ ਲਿਆ, ਇੱਕ ਦੁਕਾਨਦਾਰੀ ਬਣਾ ਲਿਆ। ਦੁਕਾਨਦਾਰੀ ਜਿੱਥੇ ਮੁਨਾਫਾ ਹੁੰਦਾ ਉਹ ਵਧੀਆ ਚੱਲਦੀ ਹੈ, ਜਿੱਥੇ ਲੋਸ ਹੋ ਜਾਂਦਾ ਘਾਟਾ ਪੈ ਜਾਂਦਾ ਉੱਥੇ ਉਹ ਦੁਕਾਨਦਾਰੀ ਬੰਦ ਕੀਤੀ ਜਾਂਦੀ ਹੈ। ਇੱਥੇ ਸੰਗਰੂਰ ਮਸਤੂਆਂ ਨੇ ਇੱਕ ਭਗਵਾਨ ਸਿੰਘ ਹੁੰਦਾ ਸੀ, ਮਾਤਾ ਭੋਲੀ ਦਾ ਗੁਰਦੁਆਰਾ, ਬਾਬਾ ਅਤਰ ਸਿੰਘ ਦੀ ਮਾਤਾ ਉਹਨੂੰ ਕਹਿੰਦੇ ਸੀ, ਅਤੇ ਉਹਨੇ ਪਰਚੀਆਂ ਕੱਟਣ ਵਾਸਤੇ ਬਹਾ ਦੇਣੇ ਬਾਹਰ, ਅਤੇ ਉਹ ਫੁੱਲੀਆਂ ਦਾ ਜਿਹੜਾ ਖਿੱਲਾਂ ਦਾ ਪ੍ਰਸ਼ਾਦ ਹੁੰਦਾ ਉਹ ਰੱਖ ਦੇਣਾ ਕੋਲ, ਅਤੇ ਉਹਨੇ ਪਰਚੀਆਂ ਰੱਖੀਆਂ ਹੁੰਦੀਆਂ ਸੀ, ਆਹ 100 ਦੀ ਆ, 50 ਦੀ ਆ, 25 ਦੀ ਆ, 10 ਦੀ ਆ, 20 ਦੀ ਆ, ਅਤੇ ਉਹ ਪਰਚੀਆਂ ਉੱਥੇ ਲੋਕਾਂ ਨੇ ਕਟਾਉਣੀਆਂ, ਜੇ ਕਿਤੇ ਘੱਟ ਜਾਣੀਆਂ ਪ੍ਰਸ਼ਾਦ ਵੱਧ ਲੱਗ ਜਾਣਾ ਉਹਨੇ ਕਹਿਣਾ ਤੁਸੀਂ ਤਾਂ ਘਾਟਾ ਪਵਾਤਾ ਅੱਜ। ਜਾਣੀ ਕਿ ਇਹ ਗੱਲਾਂ ਇਹ ਲੋਕ ਕਰਦੇ ਆ, ਬਿਜ਼ਨਸ ਇਹਨਾਂ ਦਾ। ਜਿਹੜੀ ਅੰਮ੍ਰਿਤਪਾਲ ਮਹਿਰੋ ਨੇ ਇਹ ਕਰਤੂਤ ਸਾਹਮਣੇ ਲਿਆਂਦੀ ਆ ਨਾ, ਚਲੋ ਕੁਛ ਹੱਦ ਤੱਕ ਤਾਂ ਮੈਂ ਸਹੀ ਵੀ ਕਹਿ ਸਕਦਾ, ਕਿਉਂਕਿ ਇਹੋ ਜਿਹੇ ਬਾਬੇ ਜੱਗ ਜ਼ਾਹਰ ਹੋਣੇ ਚਾਹੀਦੇ ਆ। ਪਰ ਅੰਮ੍ਰਿਤਪਾਲ ਜਿਹੜਾ ਅੰਮ੍ਰਿਤਪਾਲ ਮਹਿਰੋਂ ਹੈ, ਕਿਤੇ ਨਾ ਕਿਤੇ ਇਹਦੇ ਵੀ ਥੋੜ੍ਹਾ ਜਿਹਾ ਦਾਲ ਵਿੱਚ ਕਾਲਾ ਲੱਗਦਾ ਹੈ, ਕਿਉਂਕਿ ਜਦੋਂ ਇਹ ਐਡੀਆਂ ਐਡੀਆਂ ਔਫਰਾਂ ਕਹਿੰਦੇ ਨੇ 10 ਲੱਖ ਸਾਨੂੰ ਬਾਬਾ ਦਿੰਦਾ ਸੀ, ਜਾਣੀ ਕਿ ਵੱਧ ਮੰਗੇ ਹੋਣਗੇ, ਵੱਧ ਮੰਗੇ ਹੋਣਗੇ, 20-30 ਲੱਖ ਮੰਗਿਆ ਹੋਣਾ, ਅਤੇ ਬਾਬੇ ਨੇ 10 ਲੱਖ ਕਹਿਤਾ, ਅਤੇ ਫਿਰ ਉਹ ਗੱਲ ਬਣੀ ਨਹੀਂ। ਮੈਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਕੌਣ ਗਲਤ ਹੈ ਕੌਣ ਸਹੀ ਹੈ, ਪਰ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਜੇ ਉਹ ਕੁੜੀ ਸ਼ਰੇਆਮ ਇਹੋ ਜਿਹੀਆਂ ਗੱਲਾਂ ਮੀਡੀਆ ਸਾਹਮਣੇ ਕਹਿ ਰਹੀ ਹੈ, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋ ਰਹੀ ਹੈ, ਫਿਰ ਉਹ ਕੁੜੀ ਵੀ ਇੰਨੀ ਦੁੱਧ ਧੋਤੀ ਨਹੀਂ ਹੋ ਸਕਦੀ। ਉਹ ਦੱਸ ਰਹੀ ਹੈ ਕਿ ਮੈਂ ਹੋਰ ਕੁੜੀਆਂ ਆਉਂਦੀਆਂ ਸੀ, ਬਾਬੇ ਨੂੰ ਕਿਹਾ ਤੁਹਾਡੇ 'ਤੇ ਗੰਦੀ ਨਜ਼ਰ ਰੱਖਦੀਆਂ ਨੇ, ਤੁਸੀਂ ਇਹਨਾਂ ਨੂੰ ਤਾਂ ਗੌਰ ਕਰੋ। ਜਾਣੀ ਕਿ ਆਪ ਬਾਬੇ ਨਾਲ ਗਲਤ ਹੈ ਅਤੇ ਦੂਜਿਆਂ ਬਾਰੇ ਬਾਬੇ ਨੂੰ ਕਹੀ ਜਾਂਦੀ ਹੈ। ਬਾਬਾ ਵੀ ਬੇਸ਼ਰਮ ਕਹਿੰਦਾ ਮੇਰਾ ਵਿਆਹ ਹੋਇਆ ਹੋਇਆ, ਜਾਣੀ ਕਿ ਸਭ ਕੁਛ ਉੱਥੇ ਇਹ ਚੱਲੀ ਜਾਂਦਾ। ਇਹ ਜਿਹੜਾ ਡੇਰਾਵਾਦ ਹੈ ਨਾ, ਜਿਹੜੀਆਂ ਠਾਠਾਂ ਬਣੀਆਂ ਨੇ, ਅਤੇ ਮੈਂ ਬੇਨਤੀ ਕਰਨੀ ਹੈ ਕਿ ਕਸੂਰਵਾਰ ਕਿਤੇ ਅਸੀਂ ਵੀ ਹੈਗੇ ਹਾਂ ਜਿਹੜੇ ਨਾ ਡੇਰਿਆਂ ਵਿੱਚ ਜਾਂਦੇ ਹਾਂ। ਇੱਥੇ ਇਹ ਬੰਦੇ ਜਿਹੜੀ ਤੁਸੀਂ ਰੱਬ ਦੀ ਗੱਲ ਕਰਦੇ ਹੋ ਨਾ, ਵੀ ਇੱਕ ਭੁਲੇਖਾ ਦਿੱਤਾ ਜਾਂਦਾ ਜਾਂ ਤੁਹਾਨੂੰ ਬਲੈਕਮੇਲ ਕੀਤਾ ਜਾਂਦਾ ਵੀ ਇਹ ਬਾਬਾ ਸ਼ਾਇਦ ਰੱਬ ਨਾਲ ਜੁੜਿਆ ਹੋਊਗਾ, ਬਾਣੀ ਪੜ੍ਹਦਾ, ਇਹ ਗੱਲਾਂ ਨਹੀਂ ਹੈਗੀਆਂ, ਇਹ ਗੱਲਾਂ ਬਿਲਕੁਲ ਨਹੀਂ ਹੈਗੀਆਂ ਨਾ ਡੇਰਿਆਂ ਵਿੱਚ। ਭੋਰਿਆਂ ਵਿੱਚ ਕਈ ਬੰਦੇ ਸੁੱਤੇ ਹੋਏ ਫੜੇ, ਚੰਡੀਗੜ੍ਹ ਦੇ ਬਥੇਰੇ ਠੱਗ ਸੀ ਜਿਹਨੇ ਭੋਰੇ ਬਣਾਏ, ਲੋਕਾਂ ਨੂੰ ਕਹਿਣਾ ਅਸੀਂ ਸਿਮਰਨ ਕਰਦੇ ਹਾਂ, ਅਤੇ ਜਦੋਂ ਕਿਤੇ ਕਿਸੇ ਨੇ ਸ਼ੱਕ ਕੀਤਾ ਤਾਂ ਬਾਬਾ ਸੁੱਤਾ ਹੋਇਆ ਫੜਿਆ, ਅਤੇ ਜਾ ਕੋਲੇ ਕੋਈ ਬੀਬੀ ਹੁੰਦੀ ਸੀ। ਇਹ ਕਰਤੂਤਾਂ ਇਹਨਾਂ ਦੇ ਸਾਹਮਣੇ ਆਈਆਂ ਨੇ। ਅਤੇ ਆਹ ਜਿਹੜੀ ਸ਼ਰੇਆਮ ਗੱਲਬਾਤ ਹੋਈ ਹੈ ਹੁਣ ਅੰਮ੍ਰਿਤਪਾਲ ਮਹਿਰੋ ਨੇ, ਅੰਮ੍ਰਿਤਪਾਲ ਮਹਿਰੋ ਦੀ ਦਾਲ ਵਿੱਚ ਕਾਲਾ ਮੈਨੂੰ ਇਹ ਲੱਗਦਾ ਵੀ ਇਹਨਾਂ ਨੇ ਕਿਤੇ ਸੌਦਾ ਕੀਤਾ ਹੋਣਾ ਵੱਡਾ ਉਹ ਕੁੜੀ ਦੇ ਨਾਲ ਮਿਲ ਕੇ, ਅਤੇ ਬਾਬਾ ਕਹਿ ਤਾਂ ਬੈਠਾ ਜੀ 10 ਲੱਖ ਰੁਪਈਆ, ਇਹਨਾਂ ਨੇ ਵੱਧ ਮੰਗਿਆ ਹੋਣਾ, ਬਾਅਦ ਵਿੱਚ ਗੇਮ ਵਿਗੜ ਗਈ, ਸ਼ਾਇਦ ਕਿਸੇ ਨੂੰ ਹੋਰ ਪਤਾ ਲੱਗ ਗਿਆ, ਫਿਰ ਉਹ ਇਹਨਾਂ ਨੂੰ ਸਾਰਾ ਕੁਛ ਕਰਨਾ ਪਿਆ, ਨਹੀਂ ਤਾਂ ਅੰਦਰ ਖਾਤੇ ਇਹਨਾਂ ਨੇ ਲੈ ਕੇ 10-20 ਲੱਖ ਰੁਪਈਆ ਟਿਕ ਜਾਣਾ ਸੀ। ਬਾਬੇ ਨੇ ਵੀ ਆਪਣੀ ਠਾਠਵਾੜ ਦੇ ਨਾਲ ਉੱਥੇ ਡੇਰੇ ਵਿੱਚ ਰਹਿਣਾ ਸੀ, ਇਹੋ ਜਿਹੀਆਂ ਗੁੰਡਾਗਰਦੀਆਂ ਜਾਂ ਜਿਹੜੀਆਂ ਇਹ ਕਰਤੂਤਾਂ ਕਰਦੇ ਨੇ ਉਹ ਕਰਦੇ ਰਹਿਣਾ ਸੀ। ਅਤੇ ਮੈਂ ਬਹੁਤਾ ਇਹ ਨਹੀਂ ਕਹਿਣਾ ਚਾਹੁੰਦਾ ਕਿ ਅਸੀਂ ਇਹਨਾਂ ਨੂੰ ਰੋਕੀਏ,
ਮੈਂ ਤਾਂ ਉਹਨਾਂ ਲੋਕਾਂ ਨੂੰ ਕਹਿੰਦਾ ਵੀ ਜਿਹੜੇ ਬੰਦੇ ਜਿਹੜੇ ਪਰਿਵਾਰ ਆਪਣੀਆਂ ਕੁੜੀਆਂ ਨੂੰ ਆਪਣੀਆਂ ਕਹਿ ਲਈਏ ਔਰਤਾਂ ਨੂੰ ਇਹਨਾਂ ਡੇਰਿਆਂ ਵਿੱਚ ਭੇਜਦੇ ਆ, ਇਹਨਾਂ ਵਿੱਚੋਂ ਬਹੁਤੀਆਂ ਬੀਬੀਆਂ ਉਹ ਨੇ ਜਿਹੜੀਆਂ ਘਰੇ ਸੱਸ ਸਹੁਰੇ ਨੂੰ ਪਾਣੀ ਦਾ ਗਲਾਸ ਨਹੀਂ ਫੜਾ ਸਕਦੀਆਂ, ਟਾਈਮ ਸਿਰ ਉਹਨਾਂ ਦੇ ਕੱਪੜੇ ਨਹੀਂ ਧੋ ਸਕਦੀਆਂ। ਜਦੋਂ ਸੱਸ ਸਹੁਰਾ ਮਰ ਜਾਂਦਾ ਫਿਰ ਇਹਨਾਂ ਦੇ ਸ਼ਮਸ਼ਾਨ ਘਾਟ ਵੀ ਦੰਦਲਾਂ ਪੈਂਦੀਆਂ ਹੁੰਦੀਆਂ ਨੇ, ਫਿਰ ਇਹ ਉਹ ਜਿਵੇਂ ਖੇਖੜ ਕਰਦੇ ਹੁੰਦੇ ਆ ਨਾ, ਅਤੇ ਤੂੰ ਤਾਂ ਘਰ ਦਾ ਜਿੰਦਰਾ ਸੀ ਬੇਬੇ ਤੁਰ ਗਈ ਛੱਡ ਕੇ, ਅਤੇ ਇਹੋ ਜਿਹੀਆਂ ਗੱਲਾਂ ਕਰਕੇ ਫਿਰ ਬੈਨ ਪਾਉਂਦੀਆਂ ਹੁੰਦੀਆਂ। ਅਤੇ ਹੁਣ ਇਹਨਾਂ ਬਾਬਿਆਂ ਕੋਲ ਜਾ ਕੇ ਨਾਲੇ ਤਾਂ ਇਹਨਾਂ ਕਰਤੂਤਾਂ ਗੱਦੀਆਂ ਸਾਹਮਣੇ ਆ ਰਹੀਆਂ ਨੇ, ਅਤੇ ਨਾਲੇ ਜਿਹੜੀ ਸਾਡੀ ਕੌਮ ਸ਼ਰਮਸ਼ਾਰ ਹੁੰਦੀ ਹੈ। ਦੂਜੀ ਗੱਲ ਇੱਥੇ ਇੱਕ ਹੋਰ ਵੀ ਥੋੜ੍ਹੀ ਜਿਹੀ ਮੈਂ ਕਹਿਣੀ ਚਾਹੁੰਦਾ, ਜਿਹੜੇ ਬੰਦੇ ਕਹਿੰਦੇ ਆ ਨਾ ਕਿ ਇਹ ਬਾਬੇ ਸਿਮਰਨ ਕਰਦੇ ਨੇ, ਸਿਮਰਨ ਕਰਨ ਦੇ ਨਾਲ ਜੀਵਨ ਚੇਂਜ ਹੋ ਜਾਂਦਾ, ਹੁਣ ਇਹਨਾਂ ਦੀ ਮਾਲਾ ਚੱਲਦੀ ਰਹਿੰਦੀ ਹੈ। ਕਈ ਤਾਂ ਪਖੰਡੀ ਇਹੋ ਜਿਹੇ ਗੱਲਾਂ ਕਰਦੇ ਵੀ ਉਹ ਟਿਕ ਟਿਕ ਕਰਦੇ ਰਹਿੰਦੇ ਆ, ਮਾਲਾ ਦੇ ਬਣ ਕੇ ਫੇਰਦੇ ਰਹਿੰਦੇ ਆ, ਕਿੰਨਾ ਕੁ ਅਸਰ ਹੋ ਗਿਆ ਇਹਨਾਂ 'ਤੇ। ਜਿਹੜਾ ਰੱਬ ਰੱਬ ਕਰਦੇ ਨੇ ਉੱਚੀ ਉੱਚੀ ਮੂੰਹ ਕਰਕੇ, ਜਿਵੇਂ ਕੁੱਤਾ ਭੌਂਕਦਾ ਹੁੰਦਾ ਵਾਹਿਗੁਰੂ 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 ਇੱਦਾਂ ਕਰਦੇ ਹੁੰਦੇ, ਇਹਨਾਂ 'ਤੇ ਕਿੰਨਾ ਕੁ ਅਸਰ ਪੈ ਗਿਆ? ਆ ਬਲਾਤਕਾਰੀ ਨਿਕਲਿਆ, ਇਹ ਤਾਂ ਹਲੇ ਕੁੜੀ ਆ, ਹੋਰ ਪਤਾ ਨਹੀਂ ਕਿੰਨੀਆਂ ਕੁ ਹੋਣਗੀਆਂ, ਇੱਕੜੇ ਰਹਿ ਹਲੇ ਪਤਾ ਨਹੀਂ ਹੋਰ ਕਿੰਨੇ ਕੁ ਹੋਣਗੇ। ਜਿਹੜਾ ਫੜਿਆ ਗਿਆ ਬਸ ਜਦੋਂ ਬੱਤੀ ਤੋਂ ਗੱਡੀ ਲੰਘਦੀ ਹੈ ਨਾ, ਉਸੇ ਵਕਤ ਟਿਕਟ ਉਹਨੂੰ ਮਿਲਦੀ ਹੈ, ਪਹਿਲਾਂ ਜਿੰਨੇ ਮਰਜ਼ੀ ਵਾਰੀ ਲੰਘੀ ਜਾਵੇ। ਜਾਣੀ ਕਿ ਕਰਤੂਤਾਂ ਨੇ ਜਿਹੜੇ ਬੰਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਛੱਡ ਕੇ ਦੂਰ ਹੁੰਦੇ ਨੇ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਤੁਸੀਂ ਘਰ ਬੈਠ ਕੇ ਪੜ੍ਹ ਸਕਦੇ ਹੋ, ਘਰ ਬੈਠ ਕੇ ਸੁਣ ਸਕਦੇ ਹੋ। ਕਿਤੇ ਨਹੀਂ ਗੁਰੂ ਪਾਤਸ਼ਾਹ ਨੇ ਕਿਹਾ ਤੁਸੀਂ ਗੁਰਦੁਆਰੇ ਜਾਓ। ਜੇ ਕੋਈ ਜਾਣੇ ਹੋ, ਬੇਸ਼ੱਕ ਤੁਹਾਡੇ ਗਿੱਟੇ ਲੱਗੇ ਗੋਡੇ ਲੱਗੇ, ਮੈਨੂੰ ਕੋਈ ਪਰਵਾਹ ਨਹੀਂ, ਮੈਂ ਤਾਂ ਸਿਰਫ ਕੇਵਲ ਬਾਣੀ ਦੀ ਗੱਲ ਕਰਨੀ ਹੈ। ਬਾਣੀ ਪੜ੍ਹੋ ਆਪਣੇ ਘਰ ਬੈਠ ਕੇ, ਕਿਤੇ ਲੋੜ ਨਹੀਂ, ਇਹ ਬਿਜ਼ਨਸ ਬਣ ਕੇ ਡੇਰੇ ਇਹਨਾਂ ਦੇ। ਆਹ ਜਿਹੜੀਆਂ ਕਰਤੂਤਾਂ ਸਾਹਮਣੇ ਆ ਰਹੀਆਂ ਨੇ, ਹੁਣ ਉਹ ਕੁੜੀ ਦੀ ਜਿਹੜੀ ਵੀਡੀਓ ਹੈ ਸਾਹਮਣੇ ਆਈ ਹੈ, ਉਹ ਬੋਲ ਰਹੀ ਹੈ, ਉਧਰੋਂ ਅੰਮ੍ਰਿਤਪਾਲ ਮਹਿਰੋ ਨੇ ਸ਼ਰਮ ਲਾਈ ਹੈ, ਸੁਣ ਕੇ ਦੇਖ ਲਓ ਤੁਸੀਂ, ਜੇ ਸੁਣ ਸਕਦੇ ਹੋ ਪਰਿਵਾਰ ਵਿੱਚ ਬੈਠ ਕੇ ਸੁਣ ਲਿਓ, ਉਹ ਕਿਹੋ ਜਿਹੇ ਸਵਾਲ ਕਰਦਾ, ਕਿੱਦਾਂ ਦੀ ਉਹ ਬੇਸ਼ਰਮ ਕੁੜੀ ਹੈ, ਮੂਹਰੇ ਬੋਲ ਰਹੀ ਹੈ ਉਹ। ਇਹ ਬੇਨਤੀ ਪ੍ਰਵਾਨ ਕਰਿਓ, ਥੋੜ੍ਹਾ ਜਿਹਾ ਆਪਣੇ ਪਰਿਵਾਰਾਂ ਨੂੰ ਥੋੜ੍ਹਾ ਜਿਹਾ ਸੰਭਾਲੋ, ਵੀ ਗੁਰਦੁਆਰੇ ਜਾਣ ਦੀ ਲੋੜ ਨਹੀਂ, ਡੇਰਿਆਂ ਵਿੱਚ ਜਾਣ ਦੀ ਲੋੜ ਨਹੀਂ, ਘਰੇ ਬੈਠ ਕੇ ਬਾਣੀ ਪੜ੍ਹ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।